ਆਵਾਜ਼ ਸੁਬਾਹ ਦੀ ਸੋਖੀ ਸਾਦਗੀ ਤੇ ਸ਼ਾਂਤ ਦਰਿਆਵਾਂ ਵਾਲੀ ਚਾਲਟਾ ਪਰ ਇਹਨਾਂ ਦੇ ਪਰੋਏ ਹੋਏ ਸ਼ਬਦ ਉੱਚੇ ਤੋਂ ਉੱਚੇ ਬੋਲਾਂ ਤੇ ਤੇਜ਼ ਤਰਾਰ ਤਕਰੀਰਾਂ ਨੂੰ ਬੜੀ ਸਹਜਤਾ ਨਾਲ ਆਪਣੇ ਬਸ ਕਰ ਲੈਂਦੇ ਹਨ ਲੁਧਿਆਣਾ ਬਸੇ ਪੰਜਾਬੀ ਕਵੀ ਤੇ ਅਨੁਵਾਦਕ ਸੁਜੀਤ ਪੱਤ ਜਿਨ੍ਹਾਂ ਨੂੰ ਸਹਿਤਿਆ ਅਕਾਦਮੀ ਅਵਾਰਡ ਸਰਸਵਤੀ ਸਨਮਾਨ ਪੰਚਨਾਦ ਪੁਰਸਕਾਰ ਅਤੇ ਹੋਰ ਬਹੁਤ ਸਾਰੇ ਪੁਰਸਕਾਰਾਂ ਨਾਲ ਸਨਮਾਨਿਆ ਗਿਆ ਹੈ ਕਲਮ ਦੀ ਧਾਰ ਤੇ ਬਹੁਤ ਕੁਝ ਉਤਾੜ ਚੁੱਕੇ ਹਨ ਕਾਵ ਸੰਗ੍ਰਹਿ ਵੱਖ-ਵੱਖ ਨਾਟਕਾਂ ਦੇ ਅਨੁਵਾਦ ਅਤੇ ਹੋਰ ਬਹੁਤ ਸਾਰੇ ਲੇਖ ਅਦਰ ਸ਼ਹੀਦ ਉਦਮ ਸਿੰਘ ਤੇ ਦੀਪਾ ਮਹਿਤਾ ਦੀ ਵਿਦੇਸ਼ ਵਰਗੀਆਂ ਫੁਲਨਾ ਵਾਸਤੇ ਸਮਾਜ ਵੀ ਲਿਖ ਚੁੱਕੇ ਹਨ ਹਜ਼ਾਰਾਂ ਵਿਦਿਆਰਥੀਆਂ ਦਾ ਹੱਥ ਫੜ ਪਾਕ ਸਹਿਿਤ ਤੇਰਾਮੀ ਪਾ ਤੇ ਸ਼ਬਦਾਂ ਦੀ ਦਰਗਾਹ ਤੇ ਸਜਦਾ ਕਰ ਪਾਤਰ ਆਪਣੀ ਮਾਂ ਬੋਲੀ ਨੂੰ ਹਰ ਪੱਖ ਨਾਲ ਨਿਖਾਰਨ ਚ ਅਗੂ ਰਹੇ ਹਨ ਅਸੀਂ ਕੁਝ ਇਹੋ ਜਿਹੇ ਸ਼ਬਦ ਬਰੋ ਲਿਆਏ ਹਾਂ ਇਸ ਮੁਲਾਕਾਤ ਤੋਂ ਸੁਜੀਤ ਪਾਤਰ ਨਾਲ ਬਿਟਵੀਨ ਅਸ ਅਸੀਂ ਸੁਣਿਆ ਕਿ ਤੁਸੀਂ ਪੰਜਾਬ ਪੁਲਿਸ ਲਈ ਕੋਈ ਪੋਇਮ ਲਿਖ ਰਹੇ ਹੋ ਜਾਂ ਕੁਝ ਗੀਤ ਲਿਖ ਰਹੇ ਹੋ ਹਾਂ ਮਲਪੀ ਤਾਂ ਸ਼ੁਰੂ ਥੋੜੀ ਗੱਲ ਸ਼ੁਰੂ ਹੋਈ ਸੀ ਚੱਲੀ ਸੀ ਮੈਂ ਕੋਈ ਵੀ ਇਦਾਂ ਨਹੀਂ ਗੀਤ ਲਿਖ ਸਕਿਆ ਅਜੇ ਤੱਕ ਯੋਜਨਾ ਬਣਾ ਕੇ ਪਲਾਨ ਕਰਕੇ ਮੇਰੀ ਮੇਰੀ ਕਵਤਾ ਵੀ ਇਦਾਂ ਹੁੰਦੀ ਕਿ ਅਚਨ ਚਿਤ ਉਹ ਮੈਨੂੰ ਘੇੜਦੀ ਆ ਪੁਲਿਸ ਵਾਲਾ ਜਿਹੜਾ ਐਂਥੋ ਅਮਰੀਕਾ ਗੁਲਜ਼ਾਰ ਲਿਖਣਗੇ ਜੋ ਵੀ ਥੋੜੀ ਬਹੁਤ ਮੈਂ ਪੋਇਟਰੀ ਥੋੜੀ ਦੇਖੀ ਹੈ ਪੜ੍ਹੀ ਹੈ ਯੂ ਨੋ ਯੂ ਡੂ ਰਿਮਾਈਂਡ ਮੀ ਆਫ ਗੁਲਜ਼ਾਰ ਗੁਲਜ਼ਾਰ ਜਦੋਂ ਮੈਨੂੰ ਇੱਕ ਵਾਰ ਮਿਲੇ ਮੈਨੂੰ ਕਹਿੰਦੇ ਤੇਰੀ ਪੋਇਟਰੀ ਚ ਦਰਖਤ ਬਹੁਤ ਆਉਂਦਾ ਹਾਂਜੀ ਤੇ ਮੇਰੇ ਚੰਦ ਬਹੁਤ ਆਉਂਦਾ ਬਿਲਕੁਲ ਜੋ ਮੈਂ ਇਮੇਜਰੀ ਲੈਣਾ ਜਾਂ ਸਿੰਬਲਸ ਉਹ ਸਵਭਾਵਿਕ ਤੌਰ ਤੇ ਕੁਦਰਤੋਂ ਆਉਂਦੇ ਆ ਜਿਵੇਂ ਜਿਹੜੀ ਪਹਿਲੀ ਗਜ਼ਲ ਸੀ ਉਹ ਉਂਹ ਸੀ ਵੀ ਕੋਈ ਡਾਲੀਆਂ ਚ ਲੰਗਿਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ ਬਿਊਟੀਫੁਲ ਇਸ ਟਾਈਮ ਤੁਸੀਂ ਕੀ ਕਰ ਰਹੇ ਹੋ ਵਾਟ ਇਜ਼ ਕੀਪਿੰਗ ਯੂ ਬਿਜ਼ੀ ਮੇਰਾ ਹਰ ਪਲ ਰੁਝਿਆ ਹੋਇਆ ਅੱਛਾ ਕਿ ਜਿਵੇਂ ਪੂਰਨ ਸਿੰਘ ਬਹੁਤ ਵੱਡੇ ਸਾਡੇ ਕਵੀ ਹੋਏ ਆ ਜੀ ਉਹ ਕਹਿੰਦੇ ਕਵੀ ਦੇ ਅੰਦਰ ਹਰ ਵੇਲੇ ਠਕ ਠਕ ਚੱਲਦੀ ਰਹਿੰਦੀ ਹੈ ਲਿਖੇ ਜਦੋਂ ਮਰਜ਼ੀ ਲੇਕਿਨ ਉਹ ਹਰ ਮੋਮੈਂਟ ਉਹ ਕਵੀ ਹੁੰਦਾ ਕੁਝ ਕੋ ਤਾਂ ਮੈਂ ਇਨ ਲੈਂਗੁਏਜ ਸੀਰੀਜ਼ ਇਮ ਪੋਇਮਸ ਲਿਖੀਆਂ ਬਹੁਤ ਸਾਰੀਆਂ ਉਹ ਮੈਂ ਪੂਰੀ ਕਿਤਾਬ ਹੋਏਗੀ ਮੇਰੀ ਭਾਸ਼ਾ ਬਾਰੇ ਅੱਛਾ ਕਿ ਭਾਸ਼ਾ ਕਿਸ ਤਰ੍ਹਾਂ ਪੈਦਾ ਹੋਈ ਅੱਛਾ ਕਿਦਾਂ ਲਫ਼ਜ਼ ਬਣੇ ਔਰ ਇੱਕ ਮੈਂ ਕੋਸ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਸਤੇ ਕਿ ਉਹ ਮੈਂ ਕੋਈ 100 ਟਰਮਸ ਲਈਆਂ ਜਿਵੇਂ ਇੱਕ ਰੱਬ ਟਰਮ ਹੋ ਗਈ ਇੱਕ ਸਮਾ ਕਾਲ ਪ੍ਰੇਮ ਔਰਤ ਪੁਰਸ਼ ਤੋਂ ਉਹ ਮੈਂ ਕਿ ਪੰਜਾਬੀ ਕਵਿਤਾ ਨੇ ਉਹਨਾਂ ਬਾਰੇ ਕੀ ਕਿ ਲੰਕੀਆਂ ਸੋ ਉਹ ਮੈਂ ਇੱਕ ਕੋਸ਼ ਵਰਗੀ ਚੀਜ਼ ਤਿਆਰ ਕਰ ਰਿਹਾ ਤੁਸੀਂ ਬਹੁਤ ਸਾਰੀ ਐਡਾਪਟੇਸ਼ਨਸ ਪਲੇਸ ਦੀਆਂ ਕੀਤੀਆਂ ਤੇ ਪੋਇਟਰੀ ਦੀ ਵੀ ਤੁਸੀਂ ਟ੍ਰਾਂਸਲੇਸ਼ਨਸ ਕੀਤੀਆਂ ਜਿਵੇਂ ਪੈਬਲੋ ਨਰਿਦਾ ਔਰ ਗਰੀਸ਼ ਕਰਨਦਰ ਨਾਗਮੰਡਲਾ ਇਸ ਵਿੱਚ ਪੋਏਟ ਹੋਣ ਦੇ ਨਾਤੇ ਤੁਹਾਡਾ ਤੁਹਾਡੇ ਵਾਸਤੇ ਚੈਲੰਜ ਕੀ ਹੈ ਕਿਉਂਕਿ ਆਮ ਸ਼ੋਰ ਯੂ ਆਰ ਮੋਰ ਸੈਂਸਿਟਿਵ ਟੀਵਰਡ ਸਮਬਡੀਜ਼ ਵਰਕ ਜਿਵੇਂ ਨਾਟਕ ਹੈ ਤਾਂ ਮੈਂ ਉਹਦਾ ਸਾਰਾ ਮਾਹੌਲ ਪੰਜਾਬੀ ਮਾਹੌਲ ਕਰਨਾ ਚਾਹਣਾ ਕਿ ਜਿਹੜੀ ਚੀਜ਼ ਵੀ ਪੰਜਾਬ ਚ ਉਪਰੀ ਲੱਗੇ ਉਹ ਮੈਂ ਉਹਨੂੰ ਬਦਲਣਾ ਚਾਹਣਾ ਬਿਲਕੁਕੁਲ ਤਾਂ ਉਹਦੇ ਚਾਹ ਕਿ ਪਹਿਲਾਂ ਤਾਂ ਮੈਂ ਪੂਰਾ ਨਾਟਕ ਪੜਿਆ ਫਿਰ ਜਦੋਂ ਮੈਂ ਅਨਵਾਦ ਕਰਦਾ ਤਾਂ ਉਦੋਂ ਵੀ ਮੈਂ ਕਈ ਵਾਰੀ ਜਿਵੇਂ ਉੱਚ ਇੱਕ ਜਿਹੜਾ ਪਲੇ ਹੈ ਜਿਹਨੂੰ ਮੈਂ ਕੀਤਾ ਸਈਉਨੀ ਮੈਂ ਅੰਤਹੀਨਤਰ ਕਾਲਾ ਯਰਮਾ ਦਾ ਉਹ ਜਣੀ ਜਿਹੜੀ ਲੇਡੀ ਆ ਉਹ ਉਹਦੇ ਬੱਚਾ ਨਹੀਂ ਆ ਜੀ ਤੇ ਉਹਨੂੰ ਉਹ ਕਿਤੇ ਉਹ ਕੱਪੜੇ ਧੋਂਦਿਆਂ ਤ ਉਹਨੂੰ ਛੇੜਦਿਆਂ ਨੇ ਇਦਾਂ ਉਹਨੂੰ ਬੈਰਨ ਕਹਿ ਕੇ ਜਾਂ ਬੰਜਰ ਕਹਿ ਕੇ ਤੇ ਮੈਂ ਉਹ ਸਾਰਾ ਗੀਤ ਪੜਿਆ ਲੇਕਿਨ ਫਿਰ ਮੈਂ ਉਹਨੂੰ ਭੁੱਲ ਗਿਆ ਉਸ ਗੀਤ ਨੂੰ ਮੈਂ ਉਹਦਾ ਸਿਰਫ ਪ੍ਰਭਾਵ ਯਾਦ ਰੱਖਿਆ ਅੱਛਾ ਤੂੰ ਮੈਂ ਪੰਜਾਬੀ ਚ ਗੀਤ ਹੁੰਦਾ ਕਿ 베ਰੀਆਂ ਨੂੰ 베ਰ ਲੱਗੇ ਤੈਨੂੰ ਕੁਛ ਨਾ ਲੱਗਾ ਮੁਟਿਆਰੇ ਸੋ ਮੈਂ ਉਹਦਾ ਉਹ ਮੁਖੜਾ ਲੈ ਕੇ ਤੇ ਉਹ ਸਾਰੇ ਗੀਤ ਨੂੰ ਨਵੇਂ ਸਿਰੇ ਤੋਂ ਲਿਖਿਆ ਹਨਾ ਸੋ ਇਸ ਤਰ੍ਹਾਂ ਦਾ ਮੇਰਾ ਇੱਕ ਤਰੀਕਾ ਹੈ ਕਿ ਉਹਦਾ ਵੀ ਕੁਝ ਗਾਚੇ ਨਾ ਜੋ ਲੇਕਿਨ ਪਰ ਕੁਝ ਮੇਰੇ ਵੱਲੋਂ ਆਪਣੇ ਆਪਣੇ ਵੱਲੋਂ ਵੀ ਮੈਂ ਉਹਦੇ ਵਿੱਚ ਸ਼ਾਮਲ ਕਰਾਂ ਸੋ ਤੁਹਾਡੇ ਲਈ ਬਹੁਤ ਫੁੱਲਫਿਲਿੰਗ ਐਕਸਰਸਾਈਜ਼ ਹੁੰਦੀ ਹੈ ਕਿਉਂਕਿ ਇਟ ਆਲਸੋ ਐਕਸਰਸਾਈਜ਼ਸ ਯੋਰ ਓਨ ਕ੍ਰੀਏਟੀਵਿਟੀ ਹਾਂ ਬਿਲਕੁਲ ਮੈਂ ਔਰ ਮੈਂ ਕਦੀ ਨਾਵਲ ਨਹੀਂ ਕੀਤੇ ਕਿ ਨਾਟਕ ਇੱਕ ਇੰਟੈਂਸ ਮੂਮੈਂਟਸ ਦੀ ਰਚਨਾ ਹੁੰਦੀ ਹੈ ਯੈਸ ਸੋ ਜਿਵੇਂ ਅਸੀਂ ਕਹਿੰਦੇ ਵੀ ਕਿਸੇ ਬੰਦੇ ਦੀ ਪਛਾਣ ਵੀ ਬਹੁਤ ਇੰਟੈਂਸ ਪਲਾਂ ਚ ਹੁੰਦੀ ਹੈ ਬਿਲਕੁਲ ਪਰ ਵੱਡੀ ਗੱਲ ਹੈ ਕਿ ਮੇਰੇ ਮਨ ਚ ਪੋਇਟਿਕ ਪਲੇਸ ਵੀ ਬਹੁਤ ਜਗਾ ਜਦੋਂ ਇੱਕ ਕਵਿਤਾ ਤੁਹਾਨੂੰ ਤੁਹਾਡੇ ਕੋਲ ਆਂਦੀ ਹੈ ਕਿੱਥੋਂ ਉੜ ਕੇ ਆਏਗੀ ਤੁਹਾਡੇ ਕੋਲ ਤੇ ਪੂਰਾ ਪ੍ਰੋਸੈਸ ਕੀ ਹੈ ਕਿ ਤੁਸੀਂ ਬੈਠ ਕੇ ਲਿਖੋਗੇ ਫਿਰ ਇੱਕ ਮੇਰੀ ਗਜ਼ਲ ਹੈ ਜਿਹੜੀ ਕੁਝ ਕਿਹਾ ਤਾਂ ਹਨੇਰਾ ਜਰੇਗਾ ਜੀ ਜਰੇਗਾ ਕਿਵੇਂ ਤਾਂ ਮੈਂ ਇੱਕ ਸ਼ਾਮ ਲੱਕੜਪੁਲ ਤੋਂ ਉਤਰ ਕੇ ਤੇ ਸਿਰਫ ਸ਼ਾਰਟਕਟ ਕਰਨ ਲਈ ਮੈਂ ਪੁਰਾਣੀਆਂ ਕਚਹਿਰੀਆਂ ਦੇ ਵਿੱਚੋਂ ਲੰਘ ਰਿਹਾ ਸੀ ਜਿਹੜੀ ਬੰਦ ਹੋ ਚੁੱਕੀ ਸੀ ਸਿਰਫ ਵਕੀਲਾਂ ਦੇ ਖੋਖੇ ਸੀ ਲੱਕੜ ਦੇ ਆ ਜਾਂ ਕੁਛ ਇਦਾਂ ਦਰਖਤ ਸੀ ਤੋ ਉਹ ਮਨੁਸ਼ਾਮ ਦੇ ਮੂੰਹ ਨੇਰੇ ਚ ਇਦਾਂ ਲੱਗਿਆ ਕਿ ਜਿਵੇਂ ਇਹੋ ਇਹ ਤਾਂ ਲੋਕ ਆ ਜਿਹੜੇ ਇੱਥੇ ਇਨਸਾਫ ਲੈਣ ਆਏ ਸੀ ਤੇ ਇੱਥੇ ਖੜੇ ਖੜੇ ਉਹ ਬਿਰਖ ਹੋ ਗਏ ਤੋ ਇਦਾਂ ਹੀ ਮੇਰੇ ਅੰਦਰੋਂ ਇਹ ਲਾਈਨ ਫੁੱਟੀ ਕਿ ਇਸ ਅਦਾਲਤ ਦੇ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ ਗਜ਼ਲ ਮੇਰੇ ਘਰ ਆਉਣ ਤੱਕ ਮੁਕੰਮਲ ਹੋ ਚੁੱਕੀ ਸੀ ਤੋ ਆਖਰੀ ਸ਼ੇਰ ਮੈਂ ਆਪਣੇ ਘਰ ਦੇ ਮੂੰਹ ਨੇਰੇ ਚ ਜਾਨੀ ਉਦੋਂ ਮੈਂ ਆ ਕੇ ਬੱਤੀ ਵੀ ਨਹੀਂ ਬਾਲੀ ਕਿਉਂਕਿ ਉਹ ਸ਼ੇਰ ਸੀਗਾ ਕਿ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ ਕੋਈ ਦੀਵਾ ਬਲੇਗਾ ਮੇਰੀ ਕਬਰ ਤੇ ਜੇ ਹਵਾ ਹੀ ਰਹੀ ਕਬਰਾਂ ਉੱਤੇ ਤੱਕੀ ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ ਬਚਪਨ 'ਚ ਮੈਂ ਸੀਗਾ ਕਿ ਮੈਂ ਜਾਂ ਮੈਂ ਸੰਗੀਤਕਾਰ ਬਣਨਾ ਚਾਹਣਾ ਜਾਂ ਮੈਂ ਕਵੀ ਬਣਨਾ ਚਾਹਣਾ ਜੀ ਤੋਂ ਸੰਗੀਤਕਾਰ ਮੈਂ ਨਹੀਂ ਬਣ ਸਕਿਆ ਪਰ ਜਦੋਂ ਉਸ ਵੇਲੇ ਮੇਰੇ ਅੰਦਰ ਕਿਤੇ ਕਵਤਾ ਹੋ ਪਰ ਉਹ ਆ ਨਹੀਂ ਸੀ ਰਹੀ ਉਹ ਜਿਵੇਂ ਮੈਂ ਖੂਬ ਪੁੱਟ ਰਿਆ ਸੀਗਾ ਪਰ ਮਿੱਟੀ ਆਈ ਜਾ ਰਹੀ ਸੀ ਪਾਣੀ ਨਹੀਂ ਸਿਆ ਰਿਆ ਸੋ ਪਰ ਜਦੋਂ ਤੋਂ ਉਹ ਪਾਣੀ ਆਇਆ ਉਦੋਂ ਤੋਂ ਮੈਂ ਕਵਤਾ ਨੂੰ ਆਪਣੀ ਹਮੇਸ਼ਾ ਅੰਗ ਸੰਗ ਮਹਿਸੂਸ ਕੀਤਾ ਕਈ ਕਵਤਾਵਾਂ ਬਹੁਤ ਮੈਂ ਖੁਸ਼ੀਵਾਰੇ ਵੀ ਲਿਖੀਆਂ ਜਾਂ ਕਿਸੇ ਅਦੁੱਪਤ ਜੇ ਅਨੁਭਵ ਵਾਲੇ ਕਿਨ ਬਹੁਤ ਜ਼ਿਆਦਾ ਕਵਤਾਵਾਂ ਜਿਹੜੀਆਂ ਉਹ ਇਦਾਂ ਹੀ ਆ ਕਿ ਜਿਹੜੀਆਂ ਮੈਂ ਸੰਤਾਪ ਜਾਂ ਦੁੱਖ ਚੋਂ ਲਿਖੀਆਂ ਸੰਤਾਪ ਨੂੰ ਗੀਤ ਬਣਾ ਲੈਣਾ ਮੇਰੀ ਮੁਕਤੀ ਦਾ ਇੱਕ ਰਾਹ ਤਾਂ ਹੈ ਜੇ ਹੋਰ ਨਹੀਂ ਹੈ ਦਰ ਕੋਈ ਇਹ ਲਫ਼ਜ਼ਾਂ ਦੀ ਦਰਗਾਹ ਤਾਂ ਹੈ ਜਾ ਤੁਸੀਂ ਇਹ ਕਹਿ ਰਹੇ ਹੋ ਕਿ ਸੰਤਾਪ ਔਰ ਦੁੱਖ ਹੀ ਜ਼ਿਆਦਾ ਪੋਇਟਰੀ ਨੂੰ ਜਨਮ ਦਿੰਦਾ ਹੈ ਮੈਂ ਕਿਹਾ ਹਾਂ ਕੁਝ ਜਿਹੜਾ ਅਧਪੁੱਤ ਰਸਦੀਆਂ ਵੀ ਹੁੰਦੀਆਂ ਜਿਵੇਂ ਮੇਰੀ ਗੱਲ ਸੀ ਕਿ ਕੋਹੂ ਕੋਹੂ ਦੇ ਸਮਝੇ ਅਰਥ ਅਰੇ ਬੰਸਰੀ ਨਾਲ ਬਹਿਸ ਕੌਣ ਕਰੇ ਲੇਕਿਨ ਬਹੁਤ ਜ਼ਿਆਦਾ ਕਵਤਾਵਾਂ ਜਿਹੜੀਆਂ ਦੁੱਖ ਚ ਲਿਖੀਆਂ ਦੁੱਖ ਚੋਂ ਬੜੇ ਫਲਸਫੇ ਪੈਦਾ ਹੁੰਦੇ ਆ ਜੀ ਜਾਂ ਅਸੀਂ ਵੀ ਜ਼ਿੰਦਗੀ ਜਦੋਂ ਅਸੀਂ ਖੁਸ਼ ਹਾਂ ਤਾਂ ਅਸੀਂ ਬਹੁਤਾ ਡੂੰਗਾ ਨਹੀਂ ਸੋਕਦੇ ਬਿਲਕੁਲ ਸਿਰਫ ਅਸੀਂ 11 ਉਹਦੇ ਸੋਚਦੇ ਹਾਂ ਅਸੀਂ ਇਕੱਲੇ ਰਹਿ ਜਾਂਦੇ ਹਾਂ ਜਾਂ ਅਸੀਂ ਸਾਨੂੰ ਕਿਸੇ ਦੁੱਖ ਚੋਂ ਲੰਘ ਰਹੇ ਹਾਂ ਸਾਰੇ ਜਿਹੜਾ ਬ੍ਰਹਿਮੰਡ ਵੀ ਆ ਕੁਦਰਤ ਵੀ ਆ ਮੌਸਮ ਵੀ ਮੈਨੂੰ ਲੱਗਦਾ ਕਿ ਇਹ ਸਾਰਾ ਕੁਝ ਇੱਕ ਇਹ ਬਹੁਤ ਪੋਇਟਿਕ ਹੈ ਸਿਰਫ ਤੁਸੀਂ ਪਾਵੇਂ ਕਵਿਤਾ ਨਾ ਵੀ ਲਿਖੋ ਉਂਝੀ ਕੁਝ ਲਿਖੋ ਤਾਂ ਤੁਸੀਂ ਬਹੁਤ ਯੂ ਨੋ ਹਲਕੇ ਮਹਿਸੂਸ ਕਰਦੇ ਹੋ ਕਿ ਤੁਹਾ ਤੁਸੀਂ ਇੱਕ ਚੀਜ਼ ਜਿਹੜੀ ਤੁਹਾਨੂੰ ਸਮਝ ਨਹੀਂ ਆ ਰਹੀ ਸੀ ਉਹ ਤਾਂ ਹੁਣ ਕੁਝ ਕੁਝ ਸਮਝ ਆ ਰਹੀ ਐ ਐਸਾ ਹੁੰਦਾ ਹੈ ਕਿ ਤੁਸੀਂ ਤੁਹਾਡੇ ਅੰਦਰ ਇੱਕ ਕਵਿਤਾ ਚੱਲ ਰਹੀ ਹੈ ਲੇਕਿਨ ਉਨ ਪਰ ਉਹਨ ਵਾਸਤੇ ਤੁਹਾਡੇ ਕੋਲ ਸਹੀ ਸ਼ਬਦ ਨਹੀਂ ਆ ਰਹੇ ਉਦੋਂ ਤੁਸੀਂ ਕੀ ਕਰਦੇ ਹੋ ਉਸ ਵੇਲੇ ਤੁਸੀਂ ਸਭ ਤੋਂ ਵੱਧ ਇਕਾਗਰ ਹੁੰਦੇ ਹੋ ਕਿ ਤੁਹਾਡੀਆਂ ਸਾਰੀਆਂ ਜਿਹੜੀਆਂ ਬਿਰਤੀਆਂ ਨੇ ਹਨਾ ਜਾਂ ਤੁਹਾਡੀਆਂ ਸਾਰੀਆਂ ਸ਼ਕਤੀਆਂ ਉਹ ਕੇਂਦਰਿਤ ਹੁੰਦੀਆਂ ਬਿਲਕੁਲ ਸੋ ਉਸ ਮੂਮੈਂਟ ਤੋਂ ਵੱਧ ਤੁਹਾਨੂੰ ਕੋਈ ਲਫ਼ਜ਼ ਕਿਸੇ ਹੋਰ ਮੂਮੈਂਟ ਤੇ ਆ ਨਹੀਂ ਸਕਦਾ ਮੈਂ ਜਣੀ ਇਦਾਂ ਕਿ ਮੈਂ ਉਸ ਨੂੰ ਸਿਰਫ ਲੋਚ ਲਿਖ ਲੈਣਾ ਤਾਂ ਬਾਅਦ ਵਿੱਚ ਆ ਮੈਂ ਉਹ ਤੇ ਥੋੜਾ ਕੰਮ ਕਰਾਂ ਜਾਂ ਮੈਂ ਕੋਈ ਲਫ਼ਜ਼ ਬਦਲਾਂ ਹਨਾ ਕਿਹ ਵਰੀ ਹਫ਼ਤਾ ਜਿਹੜੀ ਤੁਸੀਂ ਕਿੱਥੇ ਕਵਤਾ ਅੰਤ ਕਰਦੇ ਨੇ ਕਵਤੋਂ さん ਤੋਂ ਅੱਗੇ ਫਿਰ ਤੁਰ ਪੈਂਦੀ ਆ ਜੀ ਜੀ ਕਿ ਤੁਸੀਂ ਅਜੇ ਪੂਰੇ ਤੋਂ ਸੁਤੰਤਰ ਨਹੀਂ ਹੋਏ ਹੁੰਦੇ ਉਸ ਜਿਉਂ ਤੋਂ ਕਹਿੰਦੇ ਬਈ ਹੁਣ ਤਾਂ ਲੱਗਿਆ ਬਈ ਹਾਂ ਹੁਣ ਇੱਥੇ ਕਵਤਾ ਖਤਮ ਹੋ ਗਈ ਫਿਰ ਤੁਸੀਂ ਇੱਕ ਤਾਂ ਲੱਗਦਾ ਬਈ ਹਾਂ ਇੱਥੇ ਇੱਥੇ ਹੀ ਤੱਕ ਹੀ ਮੈਂ ਆਉਣਾ ਸੀਗਾ ਅੱਛਾ ਤੁਹਾਡੇ ਸਾਹਮਣੇ ਤੁਹਾਡੀ ਕੋਈ ਸਭ ਤੋਂ ਖਾਸ ਪੋਇਮ ਜੋ ਤੁਸੀਂ बार-बार ਜਿਹਦੇ ਵੱਲ ਤੁਸੀਂ ਮੁੜਦੇ ਹੋ ਔਰ ਤੁਹਾਨੂੰ ਅੱਛੀ ਲੱਗਦੀ ਹੈ ਇਦਾਂ ਹੁੰਦਾ ਕਿ ਕਵੀ ਨੂੰ ਆਪਣੀਆਂ ਜਿਹੜੀਆਂ ਨਵੀਆਂ ਚੀਜ਼ਾਂ ਹੁੰਦੀਆਂ ਲੇਟੈਸਟ ਜੀ ਉਹਨੂੰ ਉਹ ਪਸੰਦ ਹੁੰਦੀਆਂ ਬਹੁਤ ਕਿਉਂਕਿ ਉਹਨਾਂ ਦੇ ਬਹੁਤ ਨੇੜੇ ਹੁੰਦਾ ਰਾਈਟ ਅ ਲੇਕਨ ਫਿਰ ਹੁੰਦਾ ਕਿ ਕੁਛ ਕੁਛ ਕਵਤਾਵਾ ਤੁਹਾਨੂੰ ਸ੍ਰੋਤੇ ਕਹਿ ਕਹਿ ਕੇ ਤੁਹਾਨੂੰ ਪਿਆਰੀਆਂ ਕਰ ਦਿੰਦੇ ਆ ਤਾਂ ਮੈਨੂੰ ਇੱਕ ਜਿਹੜੀ ਮੇਰੀ ਗਜ਼ਲ ਹੈ ਕਿ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦਿਨ ਰਾਤ ਵਿਚਲਾ فاਸਲਾ ਜੀ ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ فاਸਲਾ ਔਰ ਜੇ ਖਿਆਸਗਾ ਕਿ ਧਰਮ ਹੈ اخلاق ਹੈ ਕਾਨੂੰਨ ਹੈ ਇਹ ਕੌਣ ਹੈ ਮੇਰੇਆਂ ਬਿਰਖਾਂ ਤੇਰੀ ਬਰਸਾਤ ਵਿਚਲਾ فاਸਲਾ ਲਫ਼ਜ਼ ਤਾਂ ਸਾਹੂ ਬਹੁਤ ਨੇ ਯਾ ਖੁਦਾ ਬਣਿਆ ਰਹੇ ਮੇਰੇਆਂ ਲਫ਼ਜ਼ਾਂ ਮੇਰੇ ਜਜ਼ਬਾਤ ਵਿਚਲਾ فاਸਲਾ ਔਰ ਹਾਂ ਮੈਂ ਆਪੇ ਹੀ ਕਿਹਾ ਸੀ ਹੋਂਠ ਸੁੱਚੇ ਰੱਖਨੇ ਹਾਏ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ فاਸਲਾ ਉਸ ਦੀਆਂ ਗੱਲਾਂ ਸੁਣੋ ਕੀ ਰੰਗ ਕੀ ਕੀ ਰੌਸ਼ਨੀ ਹਾਏ ਪਰ ਕਿਰਦਾਰ ਤੇ ਗੱਲਬਾਤ ਵਿਚਲਾ فاਸਲਾ ਔਰ ਜ਼ਹਿਰ ਦਾ ਪਿਆਲਾ ਮੇਰੇ ਹੋਂਠਾਂ ਤੇ ਆ ਕੇ ਰੁੱਕ ਗਿਆ ਰਹਿ ਗਿਆ ਮੇਰੇ ਅਤੇ ਸੁਕਰਾਤ ਵਿਚਲਾ فاਸਲਾ ਬਿਊਟੀਫੁਲ ਕਈ ਪਲ ਹੁੰਦੇ ਆ ਤੁ ਜਿਹੜਾ ਉਹੋ ਜਿਹੇ ਪਲਾਂ ਚ ਫੇ ਲੰਗਦੇ ਹੋ ਫਿਰ ਤੁਹਾਨੂੰ ਆਪਣੀ ਉਹ ਕੋਈ ਨਜ਼ਮ ਜਾਂ ਗਜ਼ਲ ਯਾਦ ਆ ਜਾਂਦੀ ਹੈ ਤਾਂ ਜਦੋਂ ਕੋਈ ਗਜ਼ਲ ਜਾਂ ਨਾ ਯਾਦ ਆਵੇ ਫਿਰ ਤੁਹਾਨੂੰ ਨਵੀਂ ਤਾਂ ਲਿਖਣੀ ਪੈਂਦੀ ਹੈ ਪੋਇਟਰੀ ਰਿਸਾਈਟ ਕਰਨ ਚ ਔਰ ਪੋਇਟਰੀ ਗਾਣ ਚ ਇੱਕ ਕਵੀ ਵਾਸਤੇ ਕੋਈ ਫਰਕ ਹੈ ਮੈਂ 뮤직 ਕਰਕੇ ਗਜ਼ਲਵਲ ਆਇਆ ਸੀਗਾ ਜੀ ਕਿ ਮੈਂ ਪਹਿਲੀ ਵਾਰ ਜਦੋਂ ਗਾ ਸੁਣੀ ਨਾ ਕਿ ਬੇਗਮ ਅਖਤਰ ਗਾਰਸ ਰੇਡੀਓ ਤੇ ਉਦੋਂ ਸੋਹਣ ਦੇ ਸੀ ਉਹ ਗਜ਼ਲ ਸੀ ਕੋਈ ਕਹ ਦੇ ਗੁਲਸ਼ਨ ਗੁਲਸ਼ਨ ਲੱਖ ਬਲائیں ਇੱਕ ਨਸ਼ੇਮਨ ਜੀ ਤੋਂ ਮੈਨੂੰ ਨਹੀਂ ਅੱਛਾ ਲੱਗਾ ਇਹੋ ਮਾਧਿਅਮ ਗਜ਼ਲ ਦਾ ਜਾਨੀ ਸਨਫ ਮੇਰੇ ਜੀ ਕਹਤੇ ਕਿ ਮੈਂ ਵੀ ਗਜ਼ਲ ਲਿਖਾਂ ਤੁਹਾਨੂੰ ਲੱਗਦਾ ਕਿ ਆਡੀਅנס ਇਸ ਮੋਰ ਰਿਸੈਪਟਿਵ ਟੂ ਸਮਥਿੰਗ ਵੈਨ ਯੂ ਆਰ ਸਿੰਗਿੰਗ ਇਟ ਪੰਜਾਬੀ ਦੁਨੀਆ ਦੀ ਸਭ ਤੋਂ ਵੱਧ ਗਾਉਣ ਵਾਲੀ ਕੌਮ ਆ ਜੀ ਉਹ ਬਹੁਤ ਪਸੰਦ ਕਰਦੇ ਕੋਈ ਗਾਵੇ ਗਾ ਕੇ ਸੁਣਾਵੇ ਦੂਸਰੀ ਗਜ਼ਲ ਦੀ ਬਿਊਟੀ ਹੈ ਕਿ ਇੱਕ ਤਨੂ ਸਾਰੀ ਗਜ਼ਲ ਸਮਝ ਨਹੀਂ ਲੋਣੀ ਇੱਕ ਸ਼ੇਰ ਤੁਸੀਂ ਸਮਝ ਲਿਆ ਅੱਗੇ ਚਲੋ ਇਹ ਕੁਝ ਕਵੀਆਂ ਕੋਲ ਗੁਣ ਹੁੰਦਾ ਕਿ ਉਹ ਬਹੁਤ ਅੱਛੀ ਅੱਛੀ ਤਰ੍ਹਾਂ ਪੜ ਸਕਦੇ ਕੁਝ ਬੰਦੇ ਬਹੁਤ ਬੇਦਲੀ ਨਾਲ ਕਈ ਵਾਰ ਨਜ਼ਮ ਅੱਛੀ ਹੁੰਦੀ ਲੇਕਿਨ ਉਹ ਬਹੁਤ ਬੇਦਲੀ ਨਾਲ ਪੜਦੇ ਆ ਤਾਂ ਉਹ ਸੋ ਇਹ ਪੜਨਾ ਵੀ ਤੇ ਸੁਣਾਉਣਾ ਵੀ ਇੱਕ ਇਹ ਵੀ ਆਰਟ ਹੈ ਇਹੋ ਜਿਹੇ ਕਿਹੜੀਆਂ ਅਮ 엘ਿਮੈਂਟਸ ਸੀ ਗਿਆ ਤੁਹਾਡੇ ਬਚਪਨ ਦੀਆਂ ਜੋ ਜਿਹਦੇ ਕਾਰਨ ਸ਼ਾਇਦ ਤੁਸੀਂ ਅਮ 뮤직 ਔਰ ਕਵਿਤਾ ਵੱਲ ਆਏ ਤੁਸੀਂ ਕੀ ਕੀ ਸ਼ਾਇਦ ਅਨੋਇੰਗਲੀ ਪਿਕ ਕੀਤਾ ਆਪਨੇ ਉਸ ਪੂਰੀ ਲਾਈਫ ਤੋਂ ਪਿੰਡ ਪੱਤੜ ਕਲਾ ਜ਼ਿਲ੍ਹਾ ਜਲੰਧਰ ਜਿੱਥੇ ਮੇਰਾ ਜਨਮ ਹੋਇਆ ਮੈਂ ਦੂਸਰੀ ਜਮਾਤ ਚ ਪੜਦਾ ਸੀਗਾ ਜਦੋਂ ਮੇਰੇ ਪਿਤਾ ਜੀ ਈਸਟ ਅਫਰੀਕਾ ਉਹ ਉੱਥੇ ਗਏ ਸਮਝ ਲਓ ਕਿ ਘਰ ਦੀ ਆਰਥਿਕ ਹਾਲਤ ਨੂੰ ਠੀਕ ਕਰਨ ਲਈ ਔਰ ਮੈਨੂੰ ਉਹਨਾਂ ਦਾ ਜਾਣਾ ਯਾਦ ਹੈ ਬੀਜੀ ਤੇ ਮੇਰੀਆਂ ਭੈਣਾ ਮੇਰਾ ਇੱਕ ਛੋਟਾ ਭਰਾ ਸੀ ਉਹਨਾਂ ਨੂੰ ਤੋਰਿਆ ਹਨ ਕਰ ਕੱਚੇ ਕਰਚੇ ਦੀਵਾ ਇੱਕ ਬਲ ਰਿਹਾ ਦਿਵਾਖੀ ਤੇ ਦੀਵਾ ਇੱਕ ਚੱਕੀ ਹੁੰਦੀ ਸੀ ਕਰਚੇ ਉਹ ਇਦਾਂ ਤੇ ਉਹ ਮੈਨੂੰ ਯਾਦ ਆਉਂਦੀ ਹੈ ਤੋ ਇੱਕ ਤਾਂ ਮੇਰੇ ਪਿਤਾ ਜੀ ਕੀਰਤਨ ਵੀ ਕਰਦੇ ਸੀਗੇ ਇਦਾਂ ਜਾਨੀ ਮੇਰੇ ਭਰਾ ਆਪਣੇ ਦੀਦਾਰ ਸਿੰਘ ਪਰਦੇਸੀ ਮੇਰੇ ਕਜ਼ਨ ਜਿਹੜੇ ਬਹੁਤ ਹੁਣ ਤਾਂ ਮਸ਼ਹੂਰ ਸਿੰਘ ਕਾਫੀ ਉਹਨਾਂ ਨੇ ਚੀਜ਼ਾਂ ਗਾਇਆਂ ਉਹ ਗਾਉਂਦੇ ਹੁੰਦੇ ਸੀ ਸਾਡੇ ਪਿੰਡ ਬੋੜਾਂ ਥੱਲੇ ਇਕਤਾਰੇ ਵਾਲੇ ਅਲਗੋਜ਼ਿਆਂ ਵਾਲੇ ਉਹਨਾਂ ਨੇ ਗਾਉਣਾ ਜਾਂ ਰਾਸਾਂ ਪੈਣੀਆਂ ਉਹ ਮੇਰੇ ਮਨ 'ਚ ਆਉਣ ਵਾਲੀਆਂ ਪਹਿਲੀਆਂ ਜਿਹੜੀਆਂ ਸੰਗੀਤ ਜਾਂ ਕਵਤਾ ਦੀਆਂ ਚੀਜ਼ਾਂ ਨੇ ਬਾਅਦ 'ਚ ਜਿਹੜੇ ਮੇਰੇ ਗੀਤ ਹਨ ਕਿ ਸੁਨੇ ਸੁਨੇ ਰਾਹਾਂ ਵਿੱਚ ਕੋਈ ਕੋਈ ਪੜੇ ਉਹ ਚਾਹੁੰਦਾ ਕਿ ਮੈਲੀ ਜਈ ਸਿਆਲ ਦੀ ਉਹ ਧੁੰਦਲੀ ਸਵੇਰ ਸੀ ਸੂਰਜ ਦੇ ਚੜਨ 'ਚ ਹਾਲੇ ਬੜੀ ਧੀਰ ਸੀ ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵਾਰ ਸੀ ਮੇਰੀ ਮਾਂ ਦੇ ਨਿਆਣਾ ਵਿੱਚ ਹੰਝੂ ਤੇ ਹਨੇਰ ਸੀ ਹਾਲੇ ਤੀਕ ਨਿਆਣਾ ਵਿੱਚ ਮਾੜੀ-ਮਾੜੀ ਗਹਿਰ ਹੈ ਦਿਲਹੀ ਉਦਾਸ ਹੈ ਜੀ ਬਾਕੀ ਸਭ ਖੈਰ ਬੀਤਾਦਾ ਜਾਣਾ ਉਹ ਵੀ ਮੈਨੂੰ ਮੈਂ ਉਹਨਾਂ ਨੂੰ ਖੱਤ ਲਿਦਾ ਸੀ ਬਹੁਤ ਲੰਮੇ ਲੰਮੇ ਖੱਤ ਜ਼ਿੰਦਗੀ ਚ ਕੁਝ ਕਹਿ ਨਾ ਸਕਦਾ ਜੇ ਮੈਂ ਲਿਖਦਾ ਨਾ ਉਦੋਂ ਤੋਂ ਲੈ ਕੇ ਹੁਣ ਤੱਕ ਸਾਡੀ ਪੋਇਟਰੀ ਵਿੱਚ ਆਈਡੀਆਜ਼ ਨੂੰ ਲੈ ਕੇ ਲੈਂਗੁਏਜ ਨੂੰ ਲੈ ਕੇ ਸਟਾਈਲ ਨੂੰ ਲੈ ਕੇ ਕੀ ਚੇਂਜਸ ਆਏ ਹਨ ਤੁਹਾਡੇ ਹਿਸਾਬ ਨਾਲ ਮੈਂ ਪੰਜਵੀਂ ਛੇਵੀਂ ਜਦ ਤੱਕ ਪੰਦੀ ਕਰਨ ਲੱਪਿਆ ਜੀ ਪਰ ਉਹ ਕਪਤਾਨੀ ਸੀ 12ਵੀਂ ਜਿਵੇਂ ਮੈਂ ਮਹਿਸੂਸ ਕੀਤਾ ਕਿ ਹਾਂ ਹੁਣ ਮੇਰੇ ਅੰਦਰੋਂ ਸਹੀ ਕਪਤਾ ਆ ਗਿਆ ਨਾ ਚਾ ਕਿ ਕਿ ਮੈਂ ਕਵਤ ਲਿਖੀ ਸੀ ਗਾਇਕਾ ਕਾਲਜ ਦੀ ਲੜਕੀ ਜਿਹੜੀ ਸਿੰਗਰ ਸੀ ਟੀਚਰ ਨੇ ਕਿਹਾ ਕਿ ਤੁਸੀਂ ਇੱਕ ਟੀਮ ਬਣਾਓ ਤੇ ਉਸ ਲੜਕੀ ਨੇ ਮੇਰੀ ਮੇਰੀ ਹੈ ਮੇਰਾ ਹੀ ਗੀਤ ਗਾਇਆ ایکسپੀਰੀਅנס ਇਦਾਂ ਸੀ ਮੇਰੇ ਲਈ ਕਿ ਮੈਨੂੰ ਲੱਗਾ ਜਿਵੇਂ ਉਹ ਉਹਦੇ ਅੰਦਰ ਕੋਈ ਸਥਰੋਵਰ ਹੈ ਔਰ ਮੇਰੇ ਜਿਹੜੇ ਲਫ਼ਜ਼ ਹੈ ਉਹ ਉਹਦੇ ਵਿੱਚ ਜਿੱਦਾਂ ਉਹਨੂੰ ਕਹਿ ਲਓ ਕਿ ਰੰਗ ਰੰਗ ਕਹਿ ਲਓ ਜਾਂ ਖੂਨ ਦੇ ਕਤਰੇ ਕਹਿ ਲਓ ਕਿ ਉਹਨਾਂ ਵੰਕਲ ਰਿਹਾ ਆਹ ਤੋ ਉਹ ਕਵਤਾ ਤੋਂ ਬਾਅਦ ਹੁਣ ਅੱਜ ਤੱਕ ਜਿੰਨਾ ਮੈਂ ਲਿਖਿਆ ਜਿਹਦਾ ਮੇਰੇ ਵਿਸ਼ਾ 'ਚੇ ਫਰਕ ਆਇਆ ਗਜ਼ਲ ਦਾ ਫਾਰਮ ਬਾਅਦ ਚ ਆਈ ਜੀ ਗਜ਼ਲ ਉਹਦੇ ਮੈਂ ਨਹੀਂ ਨਹੀਂ ਲਿਖੀ ਪਰ ਮੈਨੂੰ ਕੋਈ ਜ਼ਿਆਦਾ ਨਹੀਂ ਫਰਕ ਮਹਿਸੂਸ ਹੁੰਦਾ ਆਪਣੇ ਲਿਖਣ 'ਚ ਕਿ ਮੈਂ ਉਹਦੋਂ ਨਾਲ ਹੁਣ ਕੀ ਲਿਖਦਾ ਸੁਜੀਤ ਪਾਤਰ ਦਾ ਪਰਸਨ ਉਹਦੇ ਵਿੱਚ ਕਿਹੜੇ ਕੈਰੈਕਟ੍ਰਿਸਟਿਕਸ ਆਏ ਪੋਇਟਰੀ ਤੋਂ ਐਂਡ ਵਾਈਸ ਵਰਸਾ ਬੜਾ ਦਿਲਚਸਪ ਸਵਾਲ ਸਵਾਲ ਹੈ ਕਵਤਾ ਕਰਕੇ ਬਹੁਤ ਕੁਝ ਮੈਂ ਚੱਲ ਜਾਣਾ ਅੱਛਾ ਲਿਖਣ ਦੀ ਪ੍ਰਕਿਰਿਆ ਹੀ ਆ ਨਾ اپنی ਹੌਮੇ ਨੂੰ ਸੋਧਣ ਚ ਜਾਂ ਆਪਣੇ ਸੈਲਫ ਨੂੰ ਸੋਧਣ ਚ ਮਦਦ ਕਰਦਾ ਹਾਂ ਜੀ ਕਿ ਤੂੰ ਤੁਹਾਡਾ ਸੈਲਫ ਕਿਸੇ ਹੋਰ ਸਾਰੇ ਸੈਲਫ ਚ ਕੁਲ ਦਰਦ ਤਨ ਮਹਿਸੂਸ ਹੁੰਦਾ ਜੀ ਤੁਸੀਂ ਮੁਨਸਿਫ ਹੋ ਉਹ ਵੀ ਤੁਹਾਡੀ ਤੁਸੀਂ ਆਪਣੀ ਅਦਾਲਤ ਚ ਆਪ ਵੀ ਖੜੇ ਹੁੰਨੇ ਆ ਜੀ ਤਾਂ ਦੂਸਰੀ ਇਹ ਮਨ ਲੱਗਾ ਕਿ ਮੈਨੂੰ ਬਹੁਤ ਲੋਕਾਂ ਨੇ ਕਪਤਾਨੇ ਜੋੜਿਆ ਇੱਕ ਵਾਕ ਹੁੰਦਾ ਲੇਕਿਨ ਵਾਕ ਨਾਲ ਕਿੰਨੇ ਲੋਕ ਦਾ ਜੁੜ ਜਾਂਦੇ ਆ ਬਿੰਨ ਹੋ ਜਾਂਦੇ ਆ ਨਾ ਕਿ ਉਹ ਵਾਕ ਇਹ ਲੰਘਦਾ ਹਰ ਇੱਕ ਨੂੰ ਬੇਨੰਦਾ ਹੋਇਆ ਜੀ ਤੇ ਦੂਜਾ ਮੈਂ ਕਿਹਾ ਉਹਨਾਂ ਹੱਸਣਾ ਕਿ ਮੈਂ ਕਵਤਾ ਨੇ ਮੈਨੂੰ ਕਮਾਇਆ ਬਹੁਤ ਐ ਪੱਛਮੀ ਜਲਾਲਾਬਾਦ ਕਿਹੜੇ ਕਿਹੜੇ ਪਿੰਡ ਮੈਂ ਗਿਆ ਚੀਨ ਗਿਆ ਜਰਮਨੀ ਗਿਆ ਆਸਟ੍ਰੇਲੀਆ ਗਿਆ ਕੈਨੇਡਾ ਗਿਆ ਨਾ ਜੀ ਤੋਂ ਕਲੰਬੀਆ ਗਿਆ ਦੱਖਣੀ ਅਮਰੀਕਾ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਪੰਜਾਬੀ ਪੜ੍ਹਾਉਂਦੇ ਰਹੇ ਹੋ ਹਮ ਸੋ ਇੱਕ ਟੀਚਰ ਹੋਣ ਦੇ ਨਾਤੇ ਤੁਹਾਡੀ ਪੋਇਟਰੀ ਵਿੱਚ ਤੁਹਾਡੇ ਹਿਸਾਬ ਨਾਲ ਕੋਈ ਫਰਕ ਪਿਆ ਉਹ ਕੁਝ ਆਇਆ ਉਹਦੇ ਵਿੱਚੋਂ ਥੋੜਾ ਜਿਹਾ ਜ਼ਿਆਦਾ ਕਮਿਊਨੀਕੇਟਿਵ ਮੇਰੀ ਟੀਚਿੰਗ ਨੇ ਮੇਰੇ ਪੋਜ਼ਿਟਿਵ ਜੀਜ਼ੂਲ ਵਧਾਇਆ ਹੋਗਾ ਜਿਨ੍ਹਾਂ ਨੂੰ ਮੈਂ ਕਦੇ ਕਵਿਤਾ ਪੜਾਉਂਦਾ ਸਾਂ ਕਿਤਾਬਾਂ ਵਿੱਚ ਛਪੇ ਕਾਲੇ ਜਿਹੇ ਹਰਫਾਂ ਚੋਂ ਰੰਗ ਕੱਢਣੇ ਸਿਖਾਉਂਦਾ ਸਾਂ ਤੇ ਜਿਹੜੇ ਪਿਆਰ ਦੀ ਕਵਿਤਾ ਕਦੀ ਸੁਣਦੇ ਤਾਂ ਮੈਂ ਥੋੜੀ ਚੋਰੀ ਛੁਪ ਕੇ ਮੁਸਕਰਾਉਂਦੇ ਸਨ ਜੀ ਤੇ ਕੋਈ ਨਜ਼ਮ ਜਦ ਤੇਵਰ ਬਦਲਦੀ ਸੀ ਉਹਨਾਂ ਦੇ ਨਿੱਤਰੇ ਨਿਰਮਲ ਤੇ ਲਾਰੇ ਚਿਹਰਿਆਂ ਉੱਤੇ ਬਦਲਦੇ ਰੰਗ ਮੈਨੂੰ ਦੱਸਦੇ ਸਨ ਸਰਸਿਕ ਕਵਤਾ ਸਮੇਂ ਦੇ ਆਤਾ ਜੀ ਤੁਸੀਂ ਹੁਣੇ ਕਹ ਰਹੇ ਸੀ ਕਿ ਕਿਵੇਂ ਲੈਂਗੁਏਜ ਮਰ ਰਹੀ ਹੈ ਜਾਂ ਲੈਂਗੁਏਜ ਨਹੀਂ ਤਾਂ ਐਟਲੀਸਟ ਕੁਝ ਸ਼ਬਦ ਮਰ ਰਿਹਾ ਹੈ ਰੀਜ਼ਨ ਕੀ ਹੈ ਤੁਹਾਡੇ ਸਾਹਮਣੇ ਦੂਸਰਾ ਇਹ ਹੈ ਕਿ ਪੰਜਾਬੀ ਦੇ ਵਿੱਚ ਡਰਾਬੈਕਸ ਲੱਗਦਾ ਹੈ ਕੁਝ ਕੁਝ ਮਿਸਿੰਗ ਲੱਗਦਾ ਹੈ ਕਿ ਜਿਹੜਾ ਤੁਹਾਡੇ ਅੰਦਰ ਕਵੀ ਹੈ ਉਹ ਸਟਰਗਲ ਕਰਦਾ ਹੋਏ ਇਸ ਲੈਂਗੁਏਜ ਨਾਲ ਕਦੇ-ਕਦੇ ਦੁਨੀਆ ਦੇ ਸਾਰੀਆਂ ਭਾਸ਼ਾਵਾਂ ਅੰਗਰੇਜ਼ੀ ਨੂੰ ਛੱਡ ਕੇ ਖਤਰਾ ਮਹਿਸੂਸ ਕਰ ਰਹੇ ਹਾਂ ਤੋਂ ਮੇਰੀ ਕਵਤਾ ਸੀ ਕਿ ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ ਮਰ ਰਹੀ ਹੈ ਮੇਰੀ ਪਾਸ਼ਾ ਵਾਕ ਵਾਕ ਸਾਡੇ ਕੋਲ ਟਾਈਮ ਲਈ ਬਹੁਤ ਲਫਜ਼ ਗਿਆਨ ਕਿਹਾ ਨਾ ਬਿਹੁਣ ਲੋਡਾ ਬਿੱਲ ਆ ਗਿਆ ਹੁਣ ਛਾ ਬਿੱਲਾ ਹੋ ਗਿਆ ਹੁਣ ਖਾਪੀਆ ਹੋ ਗਿਆ ਦੀਵਾ ਬੱਤੀ ਤਾਂ ਬਿੱਲਾ ਹੋ ਗਿਆ ਸੋ ਉਹ ਤਾਂ ਟੈਕਨੋਲੋਜੀ ਨੇ ਜਿਵੇਂ ਖੂ ਗਿਆ ਤਾਂ ਖੂਦ ਇਹ ਸਾਰੇ ਸ਼ਬਦ ਚਲੇ ਗਏ ਲੇਕਿਨ ਕਈ ਲਫਜ਼ ਦਾ ਜਾਣਦਾ ਕੋਈ ਕਾਰਨ ਨਹੀਂ ਅਸੀਂ ਯਾਨੀ ਸਾਡੇ ਹੁਣ ਬਿਜੀ ਪਾਪਾ ਜੀ ਵੀ ਤੁਰ ਗਏ ਹਨਾ ਅਸੀਂ ਹੁਣ ਮੰਮੀ ਡੈਡੀ ਕਿ ਉਹਦਾ ਉਹਦਾ ਕੋਈ ਟੈਕਨੀਕਲ ਕਾਰਨ ਨਹੀਂ ਹੈ ਕਿ ਉਹਦੇ ਪਿੱਛੇ ਗੱਲ ਹੈ ਕਿ ਸਾਡੇ ਤੇ ਇੱਕ ਰੋਪ ਪੈ ਗਿਆ ਕਿ ਉਹ ਇੱਕ ਮਾਨਸਿਕ ਗੁਲਾਮੀ ਚੋਂ ਪੈਦਾ ਹੋਈ ਕੁਝ ਸ਼ਬਦਾਂ ਦੇ ਮਰਨ ਨਾਲ ਭਾਸ਼ਾ ਨਹੀਂ ਮਰਦੀ ਕਿ ਗੁਰੂ ਸਤਗੁਰੂ ਦੇ ਸਹਾਈ ਹੋਣਗੇ ਇਸ ਨੂੰ ਸੂਫੀ ਫਕੀਰ ਬਚਾਉਣਗੇ ਇਸ ਨੂੰ ਬਚਾਉਣਗੇ ਕਿੱਸਾਕਾਰ ਕਵੀ ਯੋਧੇ ਨਾਬਰ ਸਾਡੇ ਲੋਕ ਅਸੀਂ ਆਪਾਂ ਸੁਮੇਰਾਤੀ ਸੀ ਕਿ ਪੰਜਾਬੀ ਨਾਬਰੀ ਦੀ ਭਾਸ਼ਾ ਹੈ ਕਿ ਇੱਕ ਰੈਜ਼ਿਸਟੈਂਸ ਦੀ ਭਾਸ਼ਾ ਹੈ ਜੁਗਾ ਜੁਗਾ ਤੋਂ ਔਰ ਇਹ ਨਾਬਰੀ ਦੀ ਭਾਸ਼ਾ ਬਣ ਕੇ ਹੀ ਨਿਰਜ ਸ਼ਕਤੀ ਦੀ ਕਾਇਮ ਰਵੇਗੀ ਜਿਹਨੋਂ ਕਿਸੇ ਨੂੰ ਖੁਰਨ ਦਾ ਡਰ ਲੱਗਦਾ ਫਿਰ ਉਹਨੀਆਂ ਹੀ ਉਹ ਕੋਸ਼ਿਸ਼ਾਂ ਸ਼ੁਰੂ ਕਰਦਾ ਕਿ ਮੈਂ ਨਹੀਂ ਖੁਰੰਦੇਣਾ ਜੀ ਮੈਂ ਕਹਿੰਦਾ ਹਾਕਮ ਤੇ ਮਹਿਕੂਮ ਦੀ ਭਾਸ਼ਾ ਇੱਕ ਹੋਵੇ ਜਦ ਤੱਕ ਨਹੀਂ ਮਰਦਾ ਤੱਕ ਉਹ ਲੋਕ ਰਾਜ ਨਹੀਂ ਹੈ ਕਿ ਜੇ ਉਹ ਰੋਜ਼ਗਾਰ ਦੀ ਵਪਾਰ ਦੀ ਬਾਜ਼ਾਰ ਦੀ ਭਾਸ਼ਾ ਨਾ ਵੀ ਹੋਵੇ ਇਹ ਸਾਡੇ ਪਿਆਰ ਦੀ ਔਰ ਵਿਚਾਰ ਦੀ ਭਾਸ਼ਾ ਤਾਂ ਜ਼ਰੂਰ ਰਹੇ ਜ਼ਰੂਰ ਰਹੇ ਔਰ ਦੂਆਤਰਾ ਸਵਾਲ ਸਗਾ ਕਿ ਵੀ ਤੁਹਾਨੂੰ ਕਦੀ ਇਦਾਂ ਲੱਗਾ ਕਿ ਕੋਈ ਲਫ਼ਜ਼ ਨਹੀਂ ਹੈਗਾ ਮੈਨੂੰ ਕਦੀ ਇਦਾਂ ਨਹੀਂ ਲੱਗਾ ਜਦੋਂ ਲਫ਼ਜ਼ ਕਿੱਥੇ ਨਹੀਂ ਹੈਗੇ ਸਾਡੇ ਕੋਲ ਕ੍ਰਿਟਿਸਿਜ਼ਮ ਦਾ ਰਾਈਟ ਜਾਂ ਟੈਕਨੋਲੋਜੀ ਜਾਂ ਸਾਇੰਸ ਹਾਂਜੀ ਕਿਉਂਕਿ ਜੋ ਚੀਜ਼ਾਂ ਪਹਿਦਾਈ ਬਾਹਰ ਹੋਈਆਂ ਜੋ ਕਨਸੈਪਟ ਪਹਿਦਾਈ ਬਾਹਰ ਹੋਏ ਆ ਤੁਹਾਨੂੰ ਉਹਦੇ ਬਰਾਬਰ ਲਫ਼ਜ਼ ਲੱਭਣੇ ਪੈਣਗੇ ਆਪਣੀ ਭਾਸ਼ਾ ਵਿੱਚ ਕਿਉਂਕਿ ਤੁਸੀਂ ਕਵੀ ਹੋ ਅਸਿਊਮ ਕੀਤਾ ਜਾਂਦਾ ਹੈ ਕਿ ਤੁਹਾਡੇ ਰਿਐਕਸ਼ਨ ਜ਼ਿਆਦਾ ਸਟਰੋਂਗ ਹੋਣਗੇ ਆਮ ਇਨਸਾਨ ਤੋਂ ਕੋਈ ਵੀ ਜੋ ਇਹੋ ਜਿਹਾ ਸੈਂਸਿਟਿਵ ਇਨਸਾਨ ਹੋਏਗਾ ਇਸ ਦੁਨੀਆ ਵਿੱਚ ਜਾਂ ਇਸ ਆਸ-ਪਾਸ ਦੇ ਲੋਕ ਜਾਂ ਆਸ-ਪਾਸ ਦੀ ਸਾਡੇ ਜੋ ਚੱਲ ਰਿਹਾ ਹੈ ਉਹਦੇ ਨਾਲ ਟੋਟਲੀ ਕੋਈ ਕਨੈਕਸ਼ਨ ਨਾ ਫੀਲ ਹੋਏ ਤੁਹਾਨੂੰ ਇਸ ਤਰ੍ਹਾਂ ਹੁੰਦਾ ਹੈ ਜਦੋਂ ਬੰਦਾ ਕੋਈ ਇਕੱਲਾ ਮਹਿਸੂਸ ਕਰਦਾ ਫਿਰ ਉਹ ਆਪਣੇ ਵਰਗਾ ਕੋਈ ਬੰਦਾ ਲੱਭਦਾ ਜੇ ਉਹਨੂੰ ਦੁਨੀਆ 'ਚੋਂ ਨਾ ਲੱਭੇ ਤਾਂ ਫਿਰ ਉਹ ਕਿਤਾਬਾਂ 'ਚੋਂ ਲੱਭਦਾ ਜੀ ਕਹਾਣੀਆਂ 'ਚੋਂ ਲੱਭਦਾ ਮਾਈਥੋਲੋਜੀ 'ਚੋਂ ਲੱਭਦਾ ਇਤਿਹਾਸ 'ਚੋਂ ਲੱਭਦਾ ਕਦੀ ਕਦੀ ਜਦੋਂ ਕਿਤੇ ਵੀ ਨਾ ਲੱਭੇ ਫਿਰ ਉਹ ਇੱਕ ਇਮੇਜਿਨ ਕਰਦਾ ਜਾਂ ਉਹ ਉਹਦੇ ਬਾਰੇ ਕੋਈ ਰਚਨਾ ਕਰਦਾ ਮੈਂ ਮੇਰੇ ਕੋ ਸੰਗੀਤ ਚ ਗਵਾਚਣ ਲਈ ਜਾਂ ਕਵਿਤਾ ਚ ਗਵਾਚਣ ਲਈ ਇਹਨਾਂ ਕੁਛ ਹੁੰਦਾ ਕਿ ਮੈਂ ਬਹੁਤਾ ਉਸ ਤਰ੍ਹਾਂ ਦੀ ਇਕਲਤਾ ਨੂੰ ਮਹਿਸੂਸ ਨਹੀਂ ਕਰਦਾ ਤੁਹਾਡੀ ਪੋਇਟਰੀ ਤੁਹਾਡਾ ਬੇਟਾ ਜਿਹੜੇ ਹੈਗੇ ਮਨਰਾਜ ਉਹ ਗਾਉਂਦੇ ਆ ਤੁਹਾਡੀ ਵਾਈਫ ਨੇ ਵੀ ਇੱਕ ਇੱਕ ਦੋ ਕੁ ਸ਼ਾਇਦ ਰੈਸਿਟਿਸ਼ਨਸ ਹੈਗੇ ਆ ਕੁਝ ਇਹ ਸਭ ਇਨਵੋਲਵਮੈਂਟ ਕਿਸ ਤਰ੍ਹਾਂ ਹੋਈ ਔਰ ਕਿਸ ਤਰ੍ਹਾਂ ਫੀਲ ਹੁੰਦਾ ਤੁਹਾਨੂੰ ਭੁਪਿੰਦਰ ਮੇਰੀ ਵਾਈਫ ਸਾਡਾ ਜਣੀ ਲਵ ਮੈਰਿਜ ਨਹੀਂ ਹੈ ਅੱਛਾ ਪਰ ਮੈਨੂੰ ਇਹਦੀਆਂ ਭੈਣਾਂ ਨੇ ਨਾ ਇੱਕ ਇੱਕ ਕਸੇਟ ਭੇਜੀ ਅੱਛਾ ਜਿਹਦੇ ਵਿੱਚ ਇਹਨੇ ਇੱਕ ਸ਼ਬਦ ਗਾਇਆ ਹੋਇਆ ਸੀਗਾ ਤੋਂ ਫਿਰ ਮੈਂ ਭੁਵਿੰਦਰ ਨੂੰ ਦੇਖਿਆ ਤੇ ਮੈਨੂੰ ਬਿਲਕੁਲ ਆਵਾਜ਼ ਵਾਂਗੀ ਲੱਗੀ ਔਰ ਸਾਡਾ ਸਮਝੋ ਕਿ ਸੋ ਇਹਨੂੰ ਗਾਉਣ ਦਾ ਸ਼ੌਕ ਪਹਿਲਾਂ ਹੀ ਸੀਗਾ ਪਹਿਲਾਂ ਸੀਗਾ ਅੱਛਾ ਹੁੰਦਾ ਨਾ ਉਹਦੇ ਬਾਥਰੂਮ ਤੋਂ ਪਰੇ ਰਸੋਈ ਕਿਚਨ ਸਿੰਗਰ ਸੀ ਤੋਂ ਮੈਂ ਇੱਕ ਸ਼ੇਰ ਲਿਖਿਆ ਸੀ ਕਿ ਆਉਂਦੀ ਰਹੇ ਰਸੋਈ ਚੋਂ ਜੇ ਗਾਉਣ ਦੀ ਆਵਾਜ਼ ਤਾਂ ਸਮਝ ਲਾਇਆ ਕਿ ਸੁਰ ਹੈ ਤੇਰੀ ਜ਼ਿੰਦਗੀ ਦਾ ਸਾਜ਼। ਔਰ ਇਸ ਤਰ੍ਹਾਂ ਮਨਰਾਜ ਮੇਰਾ ਬੇਟਾ ਜਦੋਂ ਪਰਦਾ ਸੀ ਤੇ ਮੈਂ ਇੱਕ ਗੀਤ ਲਿਖਿਆ ਸੀ ਮੇਰੇ ਕੋਲ ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤਾਂ ਇਹਨੇ ਬੜਾ ਉਹ ਆਪਣੇ ਕਾਲਜ 'ਚ ਬਹੁਤ ਗਾਇਆ ਫਿਰ ਮੇਰਾ ਗੀਤ ਸੀ ਜਿਹੜਾ ਮਾਝ ਜਗਜੀਤ ਸਿੰਘ ਨੇ ਗਾਇਆ ਬਚ ਕੇ ਮੋੜ ਤੋਂ ਇਹਦਾ ਨਿਊ ਜਰ ਤੇ ਗੀਤ ਸੀਗਾ। ਤੇ ਉਹ ਪਹਿਲਾਂ ਬਹੁਤ ਗੀਤ ਇੰਨੇ ਗਾਇਆ। ਅੱਛਾ। ਇਹ ਰਿਆਜ਼ ਕਰਦਾ ਹੋਏ ਬੈਠਾ ਮੈਨੂੰ ਬੜਾ ਅਚਲ ਮੈਨੂੰ ਘਰ ਲੱਗਦਾ ਕਿ ਘਰ ਜਿਵੇਂ ਜਿਉਂਦਾ ਜਾਗਦਾ ਘਰ ਸਾਰੇ ਸੰਗੀਤਕ जड़े भी परिवार या रिश्ते किसी क्रिएटिव प्रोसैस थ्रू जुड़े हो थोड़े थोड़े ज़्यादा डूगे या अलग होंगे तो और पक्के शायद मेरा एक शेयर कि छुपा के, के रखता हाँ तो इतों मैं ताज़ियाँ नजमां मत तू जान के रोवे मैं किस जहान जहाँ मैंने किसी ने पूछा कि सब तो वाला राजदान कौन है तो मैंने कहा कि मेरी कविता तो वो फिर उस वे मेरी ਬਾਈਕ ਕੋਲ ਗਿਆ ਕਿ ਦੱਸੋ ਇਹ ਤਾਂ ਕਹਿੰਦੇ ਕਿ ਸਭ ਤੋਂ ਵੱਡਾ ਰਾਜ਼ਦਾਨ ਮੇਰੀ ਕਵਤਾ ਹੈ ਨਾ ਇਹ ਕੀ ਗੱਲ ਹੋਈ ਉਹ ਕਹਿੰਦੀ ਹਾਂ ਮੈਂ ਵੀ ਇਹਨਾਂ ਦੀ ਕਵਤਾ ਚ ਰਾਜ਼ ਸਾਰੇ ਲੱਭ ਲੈਣੇ ਆਂ ਔਰ ਮੈਂ ਕਦੀ ਕਦੀ ਕਹਿੰਦਾ ਕਿ ਸ਼ਾਇਦ ਸਭ ਨੂੰ ਨਾ ਸਮਝ ਆਵੇ ਤਾਂ ਹੀ ਠੀਕ ਆ ਤੁਹਾਨੂੰ ਲੱਗਦਾ ਕਿ ਇੱਕ ਪੋएट ਦੀ ਸੋਸ਼ਲ ਰਿਸਪੋਨਸੀਬਿਲਟੀ ਹੁੰਦੀ ਹੈ ਜਾਂ ਕਿੰਨਾ ਕੁ ਇਫੈਕਟ ਹੋ ਸਕਦਾ ਹੈ ਪਹਿਲਾਂ ਤੁਹਾਡੇ ਬੰਦੇ ਦੇ ਹੋਣ ਦੇ ਤੌਰ ਤੇ ਜੀ ਤੁਹਾਡੀ ਸਮਾਜ ਤੁਹਾਡੇ ਸਮਾਜ ਪ੍ਰਤੀ ਤੁਹਾਡੀ ਦੇਸ਼ ਦੀ ਰਾਜਨੀਤੀ ਪ੍ਰਤੀ ਤੁਹਾਡੇ ਹਰ ਚੀਜ਼ ਤੇ ਤੁਹਾਡੀ ਇੱਕ ਪੜੇ ਲਿਖੇ ਬੰਦੇ ਦੀ ਜ਼ਿੰਮੇਵਾਰੀ ਕਵਿਦੇ ਤੌਰ ਤੇਜ਼ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿਉਂਕਿ ਤੁਹਾਡੀ ਹਰੇਕ ਜੋ ਉਚਾਰ ਹੈ ਤੁਹਾਡੀ ਹਰੇਕ ਅਟਰਨਸ ਜਿਹੜੀ ਹੈ ਹਾਂਜੀ ਉਹਨੇ ਮਲਟੀਪਲਾਈ ਹੋਣਾ ਜਦੋਂ ਤੁਸੀਂ ਵੱਡੇ ਹੋ ਰਹੇ ਸੀਗੇ ਜਦੋਂ ਹਲੇ ਕਵਿਤਾ ਤੁਹਾਡੇ ਨਾਲ ਚੱਲਣਾ ਜਿੰਨੇ ਸ਼ੁਰੂ ਨਹੀਂ ਕੀਤਾ ਸੀ ਜਦੋਂ ਉਸ ਵਕਤ ਤੁਸੀਂ ਕੁਝ ਪੋਏਟਸ ਨੂੰ ਪੜਿਆ ਹੋਏ ਜਿਨ੍ਹਾਂ ਨੇ ਤੁਹਾਡੇ ਉੱਤੇ ਥੋੜੀ ਛਾਪ ਛੱਡੀ ਹੋਏ ਮੈਨੂੰ ਪਿੰਡ 'ਚ ਕਿਤਾਬਾਂ ਨਹੀਂਸ ਮਿਲਦੀਆਂ ਹਾਂਜੀ ਤੋਂ ਮੈਂ ਜਿਵੇਂ ਕਵਿਤਾ ਦਾ ਪਿਆਸਾ ਸਗਾ ਜਿਵੇਂ ਕੋਈ ਸਦੀਆਂ ਦਾ ਪਿਆਸਾ ਹੋਵੇ ਤੇ ਮੈਨੂੰ ਉਦੋਂ ਬਹੁਤ ਪਸੰਦ ਸੀਗੇ 바ਵਾ ਬਲਵੰਤ ਕਵੀ ਸੀਗੇ ਲੰਘ ਗਏ ਹਨ ਉਠਾ ਵਾਲੇ ਅਰਸ਼ਾਂ ਤੱਕ ਪਰਛਾਵੇਂ ਪਾ ਕੇ ਤਾਂ ਬੜੇ ਅੱਛੇ ਹਰਪਜਨ ਸਿੰਘ ਦੀ ਪੋਇਟਰੀ ਧਰਮਵੀਰ ਭਾਰਤੀ ਹਿੰਦੀ ਕਵੀ ਸੀ ਉਹ ਵੀ ਪੜੇ ਗਾਲिब ਭਾਵੇਂ ਉਦੋਂ ਪੂਰਾ ਸਮਝ ਨਹੀਂ ਆਉਂਦਾ ਸੀ ਲੇਕਿਨ ਉਹ ਵੀ ਉਹਨਾਂ ਨੂੰ ਵੀ ਪੜਿਆ ਜਿੰਨਾ ਪੜ੍ਹ ਸਕਦੇ ਸਕੇ ਸਾਰੀਆਂ ਵੌਇਸਸ ਤੁਹਾਡੇ ਅੰਦਰ ਰਸ ਜਾਂਦੀਆਂ ਔਰ ਤੁਹਾਡੀ ਇੱਕ ਆਪਣੀ ਆਵਾਜ਼ ਪੈਦਾ ਹੁੰਦੀ ਆ ਜੀ ਮੈਨੂੰ ਕੇਵਲ ਲੋਕ ਪੁੱਛਦੇ ਤੁਹਾਡਾ ਗੁਰੂ ਕੌਣ ਤੋਂ ਮੈਂ ਕਹਿੰਦਾ ਮੇਰੀ ਸਾਰੀ ਪਰੰਪਰਾ ਮੇਰੀ ਗੁਰੂ ਹੈ ਤੁਸੀਂ ਆਪਣੀ ਕਵਿਤਾਵਾਂ ਪੜ੍ਹਦੇ ਹੋ ਫਿਰ ਜਦ ਤੁਸੀਂ ਪੜ੍ਹਦੇ ਹੋ ਤਾਂ ਤੁਹਾਨੂੰ ਕੀ ਫੀਲ ਹੁੰਦਾ ਹੈ ਇੱਕਦਮ ਆਪਣੇ ਗੋਦਾਂ ਬਹੁਤ ਘੱਟ ਪੜਦਾ ਅੱਛਾ ਸੋ ਕੇਵਰੀ ਤਾਂ ਇਦਾਂ ਲੱਗਦਾ ਕਿ ਕਿਉਂਕਿ ਤੁਸੀਂ ਉਹ ਕੁਝ ਇੰਟੈਂਸ ਪ੍ਰਾਂਚ ਗੱਲਾਂ ਕਹੀਆਂ ਹੁੰਦੀਆਂ ਹਨਾ ਹਾਂਜੀ ਤੁਹਾਨੂੰ ਖੁਦ ਰਾਦਾ ਵੀ ਆਏ ਮੈਂ ਅੱਛੇ ਮੈਂ ਹੀ ਲਿਖਿਆ ਮੈਂ ਕੀ-ਕੀ ਹਾਂ ਸੋ ਇੱਕ ਵਾਰ ਮੈਨੂੰ ਕਿਸੇ ਬੰਦੇ ਨੇ ਵੀ ਮਖੌਲ ਨਾਲ ਪੁੱਛਿਆ ਮੈਂ ਕਿਹਾ ਕਹਿੰਦਾ ਇਹ ਨਜ਼ਮ ਕਿਹਨੇ ਲਿਖੀ ਆ ਕੁਝ ਕਿਹਾ ਤਾਂ ਨਿਰਾਜ਼ ਹੋ ਰਿਹਾ ਮੈਂ ਕਿਹਾ ਵੀ ਰੱਬ ਜਾਣੇ ਕਿਹਨੇ ਲਿਖੀ ਆ ਪਰ ਲੋਕ ਕਹਿੰਦੇ ਆ ਕਿ ਮੈਂ ਲਿਖੀ ਆ ਅੱਛਾ ਪਾਤਾ ਜੀ ਅਗਰ ਤੁਹਾਨੂੰ ਕੋਈ ਕਹੇ ਕਿ ਤੁਸੀਂ ਆਪਣੀ ਕਵਿਤਾ ਨੂੰ ਆਪਣੇ ਸ਼ਬਦਾਂ ਚ ਬਿਆਨ ਕਰੋ ਤੇ ਤੁਸੀਂ ਕੀ ਕਹੋਗੇ ਮੇਰੀ ਬਹੁਤੀ ਕਵਿਤਾ ਮੇਰੇ ਨਾਲ ਆਪਣੇ ਤਕਰਾਰ ਦੀ ਕਵਿਤਾ ਹੈ ਜਿਵੇਂ ਮੇਰਾ ਗਜ਼ਲ ਹੈ ਕਿ ਮੇਰੇ ਅੰਦਰ ਵੀ ਚੱਲਦੀ ਹੈ ਇੱਕ ਗੁਫ਼ਤਗੂ ਜਿੱਥੇ ਲਫ਼ਜ਼ਾਂ ਚ ਢਲਦਾ ਹੈ ਮੇਰਾ ਲਹੂ ਜਿੱਥੇ ਮੇਰੀ ਬਹਿਸ ਹੈ ਮੇਰੇ ਨਾਲ ਹੀ ਜਿੱਥੇ ਵਾਰਸ ਤੇ ਪੁਰਖੇ ਖੜੇ ਰੂਬਰੂ ਹਾਂਜੀ ਜਦੋਂ ਮੈਂ ਮੈਂ ਵੀ ਕਹਿੰਨਾ ਬੇਸ਼ੱਕ ਉਹ ਇੱਕ ਉਹ ਕੱਲੀ ਮੇਰੀ ਮਾਂ ਨਹੀਂ ਆ ਉਹ ਪੂਰੀ ਉਹ ਇੱਕ ਮਤਲਬ ਮੇਰੀ ਸੁਸਾਇਟੀ ਦੀ ਮਾਂ ਕਹਾਂ ਲੋ ਜਬ ਪੂਰੀ ਕਈਵਰੀ ਉਹ ਪੂਰੀ ਮਾਨਵਤਾ ਦੀ ਮਾਂ ਵੀ ਹੋ ਸਕਦੀ ਹੈ ਤੁਹਾਨੂੰ ਐਨੇ ਸਾਰੇ ਅਵਾਰਡਸ ਮਿਲੇ ਐਨੀ ਰੈਕਗਨਿਸ਼ਨ ਮਿਲੀ ਹੈ ਪਰ ਤੁਹਾਡੇ ਹਿਸਾਬ ਨਾਲ ਸਕਸੈਸ ਤੁਹਾਡੇ ਲਈ ਕੀ ਮਾਇਨੇ ਰੱਖਦਾ ਹੈ ਔਰ ਤੁਹਾਡੇ ਹਿਸਾਬ ਨਾਲ ਖੁਸ਼ੀ ਕੀ ਹੈ ਮੈਂ ਕਬੀ ਦੇ ਤੌਰ ਤੇ ਗੱਲ ਕਰਦਾ ਕਿ ਜਿਹੜੇ ਇਹ ਇਨਾਮ ਹੁੰਦੇ ਆ ਉਹ ਬਹੁਤ ਉਹਨੂੰ ਇੱਕ ਗਲੋਸ ਤਸੱਲੀ ਵੀ ਦਿੰਦੇ ਆ ਕਿ ਚਲੋ ਉਹਨੂੰ ਕੋਈ ਸਮਝਣ ਵਾਲਾ ਮਿਲਣਾ ਵਾਲਾ ਹੈ ਲੇਕਿਨ ਇਹ ਤੋਂ ਵੀ ਵੱਡੀ ਖੁਸ਼ੀ ਇਹ ਹੁੰਦੀ ਹੈ ਜਦੋਂ ਤੁਹਾਨੂੰ ਕੋਈ ਪਾਠਕ ਤੁਹਾਨੂੰ ਕਹਿੰਦਾ ਕਿ ਜਿਹੜੀ ਆ ਕਵਤਾ ਤੁਹਾਡੀ ਸੀ ਨਾ ਮੈਨੂੰ ਬਹੁਤ ਅੱਛੀ ਲੱਗੀ ਜਾਂ ਕਹਿੰਦੇ ਐਸ ਕਵਤਾ ਨੇ ਮੈਨੂੰ ਮੈਂ ਬੜੇ ਕਿਸੇ ਦੁੱਖ ਦੀ ਘੜੀ ਮੈਨੂੰ ਇਸ ਕਵਤਾ ਨੇ ਬਹੁਤ ਬਚਾਇਆ ਤੋ ਉਹ ਤਾਂ ਲਈ ਬਹੁਤ ਖੁਸ਼ੀ ਦੇ ਪਲ ਹੁੰਦੇ ਆ ਜਦੋਂ ਤੁਹਾਨੂੰ ਲੱਗਦਾ ਕਿ ਹਾਂ ਵੀ ਤੁਹਾਡੇ ਜਿਹੜੇ ਤੁਹਾਡੇ ਦਿਲ ਚੋਂ ਕੋਈ ਗੱਲ ਸੀ ਕਿਸੇ ਹੋਰ ਦਿਲ 'ਚ ਉਤਰ ਗਈ ਜੀ ਤੋ ਬਾਕੀ ਆ ਕਿ ਜਿਵੇਂ ਕਵੀ ਵੀ ਕਿਉਂਕਿ ਇੱਕ ਇਨਸਾਨ ਹੀ ਹੈ ਸਭ ਤੋਂ ਬਨਾਦੀ ਤੌਰ ਤੇ ਸਾਡਾ ਤਾਣਾ ਬਾਣਾ ਰਿਸ਼ਤਿਆਂ ਦਾ ਹੀ ਬਣਿਆ ਹੋਇਆ ਔਰ ਜੇ ਇਹ ਰਿਸ਼ਤਿਆਂ ਦਾ ਤਾਣਾ ਬਾਣਾ ਨਾ ਉਲਝੇ ਤਾਂ ਉਹ ਖੁਸ਼ੀ ਆ ਜੇ ਉਲਝੇ ਤਾਂ ਦੁੱਖ ਤੁਸੀਂ ਆਪਣੇ ਲਈ ਕੋਈ ਖਾਸ ਗੋਲ ਜਾਂ ਕੋਈ ਡੈਸਟੀਨੇਸ਼ਨ ਸੋਚਿਆ ਹੈ ਬਹੁਤ ਛੋਟੇ ਛੋਟੇ ਕੋਲ ਮੇਰੇ ਮੈਂ ਆਹ ਕਿਤਾਬ ਮੁਕੰਮਲ ਕਰਦਾ ਦੂਸਰੀ ਕਿਤਾਬ ਮੁਕੰਮਲ ਕਰਦਾ ਇਹ ਹੀ ਇੱਛਾ ਹੈ ਕਿ 마તમ ਹਿੰਸਾ ਖੌਫ ਬੇਬਸੀ ਤੇ ਅਨਿਆ ਇਹਨੇ ਅੱਜਕਲ ਮੇਰੇ ਪੰਜਾਂ ਦਰਿਆਵਾਂ ਦੇ ਨਾਮ ਜੋ ਹੁੰਦੇ ਸਨ ਸਤਲੁਜ ਬਿਆਸਾ ਰਾਵੀ ਜੇਲਮ ਅਤੇ ਚਨਾ ਤੇ ਜਿਹੜੇ ਇੱਕ ਦਿਨ ਹੋਵਣਗੇ ਰਾਗ ਸ਼ਾਇਰੀ ਹੁਸਨ ਮੁਹੱਬਤ ਅਤੇ ਨਿਆ ਮੇਰੇ ਦਰਿਆਵਾਂ ਦੇ ਪਤ ਜੀ ਜਾਂਦੇ ਜਾਂਦੇ ਤੁਸੀਂ ਸਾਨੂੰ ਆਪਣੀ ਕੋਈ ਨਜ਼ਮ ਜਾਂ ਗਜ਼ਲ ਜਾਂ ਕੁਝ ਵੀ ਗਾ ਕੇ ਸੁਣਾਓ ਸਾਨੂੰ ਗਾ ਕੇ ਵਿਦਾ ਕਰੋ 뮤직 ਦੇ ਨਾਲ ਜਾਈ ਪੱਤ ਚੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ ਚ ਯਕੀਨ ਰੱਖੀਂ मैं लब के ले आना कलमा तू जोगी जमीन रखी पता ना लगे चन तारे बदन है जाके लिबास तेरा तू अपनी कुदरत ते अपने विचला ए परदा यों ही महीन रखी अगन चे बल के हवा चे रल के नाओना विखन ਅਸਾਨੇ ਪੜਕੇ ਅਸਾਡੇ ਮਗਰੋਂ ਤੂੰ ਨਾਮ ਸਾਡੇ ਨੂੰ ਪਾਕ ਰੱਖੀ ਮਲੀਨ ਰੱਖੀ ਅਰਦਾ ਮਕਤਾ ਬੁਰੇ ਦਿਨਾਂ ਤੋਂ ਡਰੀ ਨਾ ਪਾਤਰ ਪਲੇ ਦਿਨਾਂ ਨੂੰ ਲੈਉਣ ਖਾਤਰ ਤੂੰ ਆਸ ਦਿਲ ਵਿੱਚ ਤੇ ਸਦਕਾ ਰੂਹ ਵਿੱਚ ਨਜ਼ਰ 'ਚ ਸੁਪਨੇ ਹਸੀ ਰੱਖੀ ਜੇ ਆਈ ਪੱਤ ਚੜਤਾ ਫੇਰ ਕੀ ਏ ਤੂੰ ਅਗਲੀ ਰੁੱਤ 'ਚ ਯਕੀਨ ਰੱਖੀ ਮੈਂ ਲੱਭ ਕੇ ਕਿਤੇ ਹਾਂ ਲੈ ਆਣਾ ਕਲਮੂੰ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਜਿਆ